लो जी दोस्तों बहुत ही बड़ी खबर आ रही है कि जोड़ा तो नतीजा वा वैबसाइट पर वो आ जाएगा देख लो पच्ची मई को अठ बजे ठीक है जी पच्ची मई को अठ बजे तो तोल सिक्ख्या बोर्ड की वैबसाइट पर रिजल्ट आ जाएगा ठीक है जी दिख लिख्या है ना देखो सीनियर सैकेंडरी एग्जामीनेशन मार्च दो हज़ार तेई बिल भी अवेलेबल पच्ची मई दो हज़ार ਤੇ ਇਹਨੂੰ 8 ਵਜੇ ਰਿਜ਼ਲਟ ਆ ਜਾਏਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਜਿਵੇਂ ਕਿ ਤੁਸੀਂ ਇੱਥੇ ਕਲਿੱਕ ਕਰੋਗੇ ਰਿਜ਼ਲਟ ਆ ਜਾਏਗਾ ਤੁਹਾਡਾ ਇੱਥੇ ਲਿੰਕ ਅਵੇਲੇਬਲ ਹੋ ਜਾਏਗਾ ਇੱਥੇ ਤੁਸੀਂ ਆਪਣਾ ਰੋਲ ਨੰਬਰ ਪਾ ਕੇ ਜਿਸ ਤਰ੍ਹਾਂ ਇਹ ਹੈਗਾ ਬਣਾ ਇੱਥੇ ਨਾਉ ਅਵੇਲੇਬਲ ਇੱਥੇ ਨਾਉ ਅਵੇਲੇਬਲ ਹੋ ਜਾਏਗਾ ਤੇ ਤੁਸੀਂ ਆਪਣਾ ਰੋਲ ਨੰਬਰ ਪਾ ਕੇ ਨਤੀਜਾ ਚੈੱਕ ਆਊਟ ਕਰ ਸਕਦੇ ਹੋ ਪੰਜਾਬ ਬੋਰਡ ਨੇ ਆਪਣੀ ਹਾਲ ਦੇਖ ਲਓ ਸਾਈਟ ਤੇ ਨੋਟੀਫਿਕੇਸ਼ਨ ਆ ਰਿਹਾ ਵਾ ਕਿ ਰਿਜ਼ਲਟ ਜਿਹੜਾ ਹੈਗਾ ਵਾ 8 ਵਜੇ ਡਿਕਲੇਅਰ ਹੋ ਜਾਏਗਾ ਮਤਲਬ ਅਵੇਲੇਬਲ ਹੋ ਜਾਏਗਾ ਲਿੰਕ ਠੀਕ ਹੈ ਜੀ ਤੇ ਤੁਸੀਂ ਬਾਕੀ ਆ ਵੀ ਦੇਖ ਸਕਦੇ ਹੋ 92.47% ਰਿਹਾ ਬਾ ਨਤੀਜਾ ਠੀਕ ਹੈ ਜੀ ਪੀਐਸਬੀ ਬਲਵਜ 12ਵੀਂ ਦੇ ਨਤੀਜੇ ਦਾ ਐਲਾਨ ਹੋ ਗਿਆ ਬਾ ਬਟ ਦੋਸਤੋ ਨਤੀਜਾ ਅਜੇ ਐਲਾਨ ਹੋਇਆ ਬਾ ਨੈਟ ਤੇ ਰਿਜ਼ਲਟ ਕਦੋਂ ਆਏਗਾ ਕੱਲ 8 ਵਜੇ ਤਿਆਰ ਰਹੋ ਕੱਲ ਤੁਹਾਡੇ ਨਤੀਜਾ ਵੈਬਸਾਈਟ ਤੇ ਲਿੰਕ ਅਵੇਲੇਬਲ ਹੋ ਜਾਏਗਾ ਤੁਸੀਂ ਉੱਥੇ ਆਪਣਾ ਨਤੀਜਾ ਚੈੱਕ ਆਊਟ ਕਰ ਲਿਓ ਠੀਕ ਹੈ ਜੀ ਆ ਦੇਖ ਲਓ ਤੇ ਇੱਕ ਹੋਰ ਤੁਹਾਨੂੰ ਨੋਟਿਸ ਦਿਖਾ ਦੇਣਾ ਦੋਸਤੋ ਇੱਕ ਨਾ ਨੋਟਿਸ ਆ ਨੋਟਿਸ ਦੇ ਵਿੱਚ ਵੀ ਉਹਨਾਂ ਨੇ ਆ ਦੇਖ ਲਓ ਸਾਫ਼-ਸਾਫ਼ ਲਿਖਿਆ ਹੈ ਬਾ ਦੇਖੋ ਆ ਦੇਖੋ ਨੋਟਿਸ ਜਿਹੜਾ ਜਾਰੀ ਹੋਇਆ ਵਾ ਨਾ ਆ ਦੇਖੋ ਪੰਜਾਬ ਸਕੂਲ ਸਿੱਖਿਆ ਬੋਰਡ ਅੱਜ 24 ਤਰੀਕਾ ਦਾ 24 ਤਰੀਕ ਨੂੰ ਜਿਹੜਾ ਨੋਟਿਸ ਜਾਰੀ ਹੋਇਆ ਵਾ ਉਹਦੇ ਵਿੱਚ ਵੀ ਇਹਨਾਂ ਨੇ ਕਹਿ ਦਿੱਤਾ ਵਾ ਕਿ 12ਵੀਂ ਸ਼੍ਰੇਣੀ ਸੈਸ਼ਨ 2022-23 ਦਾ ਨਤੀਜਾ ਮਿਤੀ 24 5 2023 ਨੂੰ ਬਾਅਦ ਦੁਪਹਿਰ 2:30 ਵਜੇ ਜਿਹੜਾ ਹੈਗਾ ਵਾ 2:30 ਵਜੇ ਕੋਸ਼ਿਸ਼ ਕੀਤਾ ਜਾ ਚੁੱਕਾ ਹੈ ਪ੍ਰੀਖਿਆਰਥੀਆਂ ਦੇ ਨਤੀਜੇ ਦੀ ਜਾਣਕਾਰੀ ਬੋਰਡ ਦੀ ਵੈਬਸਾਈਟ ਤੇ ਮੌਹਈਆ ਕਰਵਾਈ ਜਾਵੇਗੀ ਆਨਲਾਈਨ ਨਤੀਜੇ ਕਦੋਂ ਚੈੱਕ ਕਰਨਗੇ ਤਕਨੀਕੀ ਸਹਿਯੋਗ ਨਾਲ ਪ੍ਰੀਖਿਆਰਥੀ ਇਹ ਨਤੀਜੇ ਹੇਠ ਦਿੱਤੇ ਵੈਬਸਾਈਟ ਠੀਕ ਹੈ ਜੀ ਸਵੇਰੇ 8:00 ਵਜੇ ਵੇਖੇ ਜਾ ਸਕਦੇ ਹਨ ਕਿਸ ਤੇ ਆਹ ਵਾਲੀ ਸਾਈਟਾਂ ਨੇ www.psb.ac.in ਤੇ ਜਾਂ ਫਿਰ ਜਿਹੜਾ indiaresult.com ਤੇ ਤੁਸੀਂ ਜਿਹੜਾ ਹੈਗਾ ਵਾ ਚੈੱਕ ਆਊਟ ਜਾ ਕੇ ਕਰ ਸਕਦੇ ਹੋ ਠੀਕ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਤੀਜਾ ਘੋਸ਼ਿਤ ਹੋਣ ਉਪਰੰਤ ਡਿਜੀਟਲ ਸਰਟੀਫਿਕੇਟ ਇੱਕ ਹਫ਼ਤੇ ਬਾਅਦ ਡਿਜੀ ਲੋਕਰ ਤੇ ਉਪਲਬਧ ਹੋਣਗੇ ਪ੍ਰੀਖਿਆਰਤੀ ਡਿਜੀਟਲ ਸਰਟੀਫਿਕੇਟ ਡਿਜੀ ਲੋਕਰ ਰਾਹੀਂ ਡਾਊਨਲੋਡ ਕਰ ਸਕਦੇ ਹਨ ਅਤੇ ਸਕੂਲ ਨੂੰ ਡਿਜੀ ਲੋਕਰ ਰਾਹੀਂ ਇਹ ਦਸਤਾਵੇਜ਼ ਡਾਊਨਲੋਡ ਕਰ ਸਕਦੇ ਹਨ ਜਿਹੜੇ ਪ੍ਰੀਖਿਆਰਤੀ ਵੱਲੋਂ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਪਈ ਗਈ ਸੀ ਅਜਿਹੇ ਪ੍ਰੀਖਿਆਰਤੀਆਂ ਦੇ ਸਰਟੀਫਿਕੇਟ ਨਤੀਜਾ ਘੋਸ਼ਿਤ ਹੋਣ ਤੋਂ ਲਗਭਗ 3 ਹਫ਼ਤੇ ਤੱਕ ਸਬੰਧਤ ਸਕੂਲ ਆਪਣੇ ਆਪਣੇ ਜ਼ਿਲ੍ਹਾ ਵਿਖੇ ਸਥਿਤ ਬੋਰਡ ਦੇ ਖੇਤਰੀ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹਾਂ 10 ਹਫ਼ਤੇ ਦੇ ਅੰਦਰ ਮਤਲਬ ਮਹੀਨਾ ਮਹੀਨੇ ਦੇ ਅੰਦਰ ਅੰਦਰ ਦੋਸਤੋ ਜਾਂ ਫਿਰ 10 ਹਫ਼ਤੇ ਦੇ ਅੰਦਰ ਅੰਦਰ ਤੁਹਾਡਾ ਸਰਟੀਫਿਕੇਟ ਵੀ ਤੁਹਾਨੂੰ ਮਿਲ ਜਾਏਗਾ ਠੀਕ ਹੈ ਜੀ ਬਹੁਤ ਹੀ ਵੱਡੀ ਅਪਡੇਟ ਹੈ 10 ਹਫ਼ਤੇ ਦੇ ਅੰਦਰ ਬਹੁਤ ਹੀ ਜਲਦੀ ਹੀ ਤੁਹਾਨੂੰ ਸਾਰਾ ਕੁਝ ਤੁਹਾਨੂੰ ਮਿਲ ਰਿਹਾ ਵਾ ਠੀਕ ਹੈ ਜੀ ਬਾਕੀ ਦੋਸਤੋ ਕੱਲ ਜਿਹੜੇ ਹੈਗੇ ਪ੍ਰੀਖਿਆਰਤੀ ਆਪਣਾ ਨਤੀਜਾ ਦੇਖ ਲਿਓ ਜਾ ਕੇ ਆਹ ਦੇਖ ਲਓ ਵੈਬਸਾਈਟ ਤੇ ਵੀ ਨਤੀਜਾ ਦਾ ਲਿੰਕ ਇਹਨਾਂ ਨੇ ਕਹਿ ਦਿੱਤਾ ਵਾ ਕਿ ਤੁਹਾਡਾ ਜਿਹੜਾ ਹੈਗਾ ਵਾ ਰਿਜ਼ਲਟ ਠੀਕ ਹੈ ਜੀ ਕਦੋਂ ਆ ਜਾਏਗਾ ਅ ਰਿਜ਼ਲਟ ਆਫ ਸੀਨੀਅਰ ਸੈਕੰਡਰੀ 8:00 ਵਜੇ 8:00 ਵਜੇ ਆ ਜਾਏਗਾ ਸਵੇਰੇ 25 ਮਈ ਨੂੰ ਕੱਲ ਠੀਕ ਹੈ ਜੀ ਆ ਨੋਟੀਫਿਕੇਸ਼ਨ ਪੰਜਾਬ ਬੋਰਡ ਨੇ ਆਪਣੀ ਸਾਈਟ ਤੇ ਵੀ ਪਾ ਦਿੱਤਾ वह ठीक है जी बाकी दोस्तों जो गल करिए दसवीं के नतीजे की तो दसवीं के नतीजे दोस्तों देखो गल इस तरह है कुछ तो हूँ बारहवीं का नतीजा तो आ गया वा तो हूँ किसी भी समय दोस्तों जोड़ा है वा दसवीं के नतीजे का एलान हो सकता वा जिम्मे क्या देख लो किसी भी समय ऐलान जा सकता है दसवीं से बारहवीं का नतीजा बारहवीं का अज हो गया हो सकता दोस्तों दसवीं का कल या फिर परसों कर दे किसी भी समय ये आ बट जोड़ा रिजल्ट काफ़ी जल्दी आएगा क्योंकि दोस्तों पंजाब बोर्ड ने जोड़ा है सी बी एस ई की तर्ज वा कि भाई जिमें कि नतीजे जो है नाली नाल मतलब अपलोड कर ਯਾ 10ਵੀਂ ਤੇ 12ਵੀਂ ਦਾ CBSE ਦਾ ਠੀਕ ਹੈ ਇਸੇ ਤਰ੍ਹਾਂ ਦੋਸਤੋ ਜਿਹੜਾ ਹੈਗਾ ਵਾ ਪੰਜਾਬ ਬੋਰਡ ਵੀ ਸੋਚ ਰਿਹਾ ਵਾ ਕਿ ਜ਼ਿਆਦਾ ਲੇਟ ਨਾ ਕਰੀਏ ਨਾਲ ਹੀ ਨਾਲ ਜਿਹੜਾ ਹੈਗਾ ਵਾ CBSE ਦੇ ਵਾਂਗੂ ਪੰਜਾਬ ਬੋਰਡ ਵੀ 10ਵੀਂ ਦੇ ਨਤੀਜੇ ਨਾਲ ਹੀ ਨਾਲ ਅਪਡੇਟ ਕਰ ਦੇਗਾ ਠੀਕ ਹੈ ਜੀ ਤੁਹਾਨੂੰ ਮੈਂ ਪਹਿਲੇ ਇੱਕ ਖਬਰ ਵੀ ਦਿਖਾਈ ਸੀ ਉਹ ਵੀ ਦਿਖਾ ਦਿਨਾ ਤੁਹਾਨੂੰ ਆ ਤਾਂ ਦੇਖੋ ਦੋਸਤੋ ਠੀਕ ਹੈ ਜੀ 10ਵੀਂ ਅਤੇ 12ਵੀਂ ਦੇ ਨਤੀਜੇ ਜਿਹੜੇ ਹੈਗੇ ਆ ਉਹ 24 ਮਈ ਤੋਂ 26 ਮਈ ਤੱਕ ਦੇ ਨਤੀਜਾ ਐਲਾਨਿਆ ਜਾ ਸਕਦਾ ਹੈ ਇਹ ਖਬਰ ਜਿਹੜੀ ਹੈਗੀ ਆ ਆਈ ਸੀ ਕਿ ਪਹਿਲਾਂ 12ਵੀਂ ਸ਼੍ਰੇਣੀ ਦਾ ਨਤੀਜਾ ਆ ਗਿਆ ਬਾ ਹੁਣ ਕੱਲ 25 ਆ ਜਾਣੀ ਆ ਫਿਰ 26 ਨੂੰ ਹੋ ਸਕਦਾ ਤੁਹਾਡਾ 10ਵੀਂ ਦਾ ਨਤੀਜਾ ਆ ਜਾਵੇ ਠੀਕ ਹੈ ਜੀ ਤਾਂ ਪਹਿਲਾਂ ਤਾਂ ਇਹੀ ਸੀਗਾ ਕਿ ਵੀ ਅ ਦੋਵੇਂ ਸ਼੍ਰੇਣੀ ਦਾ ਨਤੀਜਾ ਤਿਆਰ ਹੁਣ ਕਾਰਨ ਬੋਰਡ ਦੇ ਉੱਚ ਅਧਿਕਾਰੀਆਂ ਦੇ ਵਿੱਚ ਸੀਬੀਐਸਸੀ ਦੀ ਤਰਜ਼ ਤੇ ਇੱਕੋ ਦਿਨ ਵਿੱਚ ਦੋਵੇਂ ਸ਼੍ਰੇਣੀ ਦਾ ਨਤੀਜਾ ਲੈਣ ਦੀ ਵੀ ਚਰਚਾ ਹੋ ਰਹੀ ਸੀ ਬਟ ਦੋਸਤੋ ਇਸ ਤਰ੍ਹਾਂ ਨਹੀਂ ਹੋਇਆ ਹੋ ਸਕਦਾ ਦੋਸਤੋ ਇੱਕ ਬਾਕੀ ਕੱਲ ਤੁਸੀਂ ਤਿਆਰ ਰਹੋ 8 ਵਜੇ ਲਿੰਕ ਅਪਡੇਟ ਹੋ ਜਾਏਗਾ ਤੇ ਤੁਸੀਂ ਆਪਣਾ ਨਤੀਜਾ ਜਿਹੜਾ ਹੈਗਾ ਵਾ ਪੰਜਾਬ ਬੋਰਡ ਦੀ ਸਾਈਟ ਤੇ ਜਾ ਕੇ ਤੁਸੀਂ ਆਪਣਾ ਦੇਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਮੈਂ ਖਬਰ ਦੱਸ ਹੀ ਦਿੱਤੀ ਹੈ ਠੀਕ ਹੈ ਜੀ ਇਹਦਾ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਦੇ ਦੇਣਾ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਓਕੇ ਦੋਸਤੋ ਚਲੋ ਠੀਕ ਹੈ